ਤੇ ਹੇ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਵੀ ਐਨ ਵਲੋਗਸ। ਤੇ ਗਾਇਜ਼ ਅੱਜ ਆਪਾਂ ਜਾ ਰਹੇ ਹਾਂ ਚੰਡੀਗੜ੍ਹ। ਚੰਡੀਗੜ੍ਹ ਜਾਣ ਦਾ ਰੀਜ਼ਨ ਤੁਹਾਨੂੰ ਅੱਗੇ ਮੈਂ ਵੀਡੀਓ 'ਚ ਦੱਸਾਂਗਾ, ਪਰ ਫਸਟ ਆਫ ਆਲ ਸੋਰੀ ਗਾਇਜ਼, ਮੇਰੀ ਇੱਕ ਦੋ ਸਾਲਾਂ ਤੋਂ ਵੀਡੀਓ ਨਹੀਂ ਆ ਪਾਈ ਕਿਉਂਕਿ ਪਲੱਸ ਵਨ ਪਲੱਸ ਟੂ ਹੀ ਅਤੇ ਸਟੱਡੀਜ਼ ਵੱਲ ਵੀ ਕੋਨਸਨਟਰੇਟ ਕਰਨਾ ਸੀ। ਅਤੇ ਹੁਣ ਮੇਰੀ ਕੋਸ਼ਿਸ਼ ਰਹੂਗੀ ਕਿ ਇੱਕ ਹਫ਼ਤੇ 'ਚ ਇੱਕ ਵੀਡੀਓ ਜ਼ਰੂਰ ਆਵੇ। ਅਤੇ ਟਾਈਮ ਹੋ ਗਿਆ ਵਾ 4:49, ਅਤੇ ਚਲੋ ਚੱਲਦੇ ਹਾਂ। ਅਤੇ ਦੋ ਮੁੰਡੇ ਵੀਰ ਜੀ ਚੱਕ ਲਏ ਆ, ਅਤੇ ਇਹਦਾ ਨਾਮ ਆ ਦਮਨ ਅਤੇ ਪਿੱਛੇ ਆ ਜਸਤੇਜ। ਅਤੇ ਹੁਣ ਇੱਕ ਹੋਰ ਵੀਰ ਨੂੰ ਆਪਾਂ ਤਰਨ ਤਾਰਨ ਨੂੰ ਲੈਣਾ ਵਾ, ਅਤੇ ਚਲੋ ਚੱਲ। ਅਤੇ ਟਾਈਮ ਹੋ ਗਿਆ 5:52, ਅਤੇ ਹੁਣ ਆਪਾਂ ਡੀਜ਼ਲ ਪਵਾ ਰਹੇ ਹਾਂ ਅਤੇ ਹੁਣ ਫੁੱਲ ਕਰਕੇ ਜਾਂਦੇ ਹਾਂ। ਗੈਸ ਘੰਟਾ ਡੇਢ ਘੰਟਾ ਸਾਨੂੰ ਡਰਾਈਵ ਕਰਦੇ ਨੂੰ ਹੋ ਗਿਆ ਵਾ, ਅਤੇ ਜਿਹੜਾ ਆਪਣਾ ਇੱਕ ਬੰਦਾ ਰਹਿੰਦਾ ਸੀ ਉਹ ਵੀ ਆ ਗਿਆ ਵਾ ਅਰਮਾਨ। ਅਤੇ ਹੁਣ ਅੱਗੇ ਹਵੇਲੀ ਰੁਕਾਂਗੇ ਅਤੇ ਅੱਗੇ ਤੁਹਾਨੂੰ ਵਿਖਾਉਂਦੇ ਹਾਂ। ਟਾਈਮ ਹੋ ਗਿਆ 7:24, ਅਤੇ ਆਪਾਂ ਜਲੰਧਰ ਵਾਲੀ ਹਵੇਲੀ ਪਹੁੰਚ ਗਏ ਹਾਂ। ਅਪਰੋਕਸ ਘੰਟਾ ਡੇਢ ਘੰਟਾ ਸਾਨੂੰ ਤੁਰਦੇ ਨੂੰ ਹੋ ਗਿਆ ਵਾ, ਅਤੇ ਅਜੇ ਪੋਲਿਊਸ਼ਨ ਕਰਵਾਇਆ ਵਾ। ਅਤੇ ਹੁਣ ਹਵੇਲੀ ਦੁਖਾਨੇ ਪੈਂਦੇ ਹਾਂ ਅਤੇ ਚੱਲੀਏ। ਆਹ ਵਾ ਤੁਹਾਡਾ ਬ੍ਰੇਕਫਾਸਟ, ਭਟੂਰੇ, ਅਤੇ ਆਹ ਵੀਰ ਥੋੜ੍ਹਾ ਮਾਡਰਨ ਆ, ਕੌਫੀ ਪੀ ਰਿਹਾ, ਆਪਾਂ ਸਾਰੇ ਚਾਹ ਵਾਲੇ ਹੀ ਹਾਂ। ਚਲੋ ਹੁਣ ਖਾਣੇ ਪੀਣੇ ਆ ਅਤੇ ਫਿਰ ਕੰਟੀਨਿਊ ਕਰਦੇ ਜਰਨੀ। ਹਵੇਲੀ ਤੋਂ ਆਪਾਂ ਹੁਣ ਖਾ ਪੀ ਲਿਆ ਵਾ, ਅਤੇ ਹੁਣ ਫਿਰ ਚੰਡੀਗੜ੍ਹ ਨੂੰ ਤੁਰ ਪਏ ਹਾਂ, ਅਤੇ ਹੁਣ ਨੈਕਸਟ ਸਟੋਪ ਸਿੱਧਾ ਚੰਡੀਗੜ੍ਹ ਹੀ ਲਵਾਂਗੇ। ਅਤੇ ਟਾਈਮ ਹੋ ਗਿਆ ਵਾ 8:03, ਅਤੇ ਮੈਂ ਐਪ ਸ਼ੋ ਕਰਨ ਦਿਆ ਵਾ ਕਿ 10 ਵਜੇ ਤੱਕ ਪਹੁੰਚ ਜਾਣਾ ਵਾ। ਅੱਧਾ ਘੰਟਾ ਹੋ ਗਿਆ ਸਾਨੂੰ ਚੰਡੀਗੜ੍ਹ ਪਹੁੰਚੇ, ਅਤੇ ਸਾਡਾ ਇੱਦਾਂ ਦਾ ਹੋਟਲ ਦਾ ਰੂਮ ਆ, ਖਲਾਰਾ ਪਾ ਵੀ ਦਿੱਤਾ ਆਪਾਂ। ਅਤੇ ਹੁਣ ਕੰਟੀਨ 'ਚ ਮੰਗਵਾਈ ਸੀ ਚਾਹ ਅਤੇ ਨਾਲ ਟੋਸਟ, ਅਤੇ ਹੁਣ ਖਾ ਪੀ ਕੇ ਗੁਰਦੁਆਰਾ ਸਾਹਿਬ ਵੀ ਜਾਣਾ ਵਾ। ਹੋਟਲ ਤੋਂ ਨਿਕਲ ਗਏ ਹਾਂ, ਅਤੇ ਹੁਣ ਆਏ ਆਪਾਂ ਸ਼੍ਰੀ ਅੰਬ ਸਾਹਿਬ ਮੱਥਾ ਟੇਕਣ, ਅਤੇ ਆਪ ਵੀ ਦਰਸ਼ਨ ਕਰ ਦਿੰਦੇ, ਤੁਹਾਨੂੰ ਵੀ ਕਰਾਉਂਦੇ ਹਾਂ। ਗੁਰਦੁਆਰਾ ਸਾਹਿਬ ਤੋਂ ਦਰਸ਼ਨ ਕਰ ਲਏ ਆ, ਅਤੇ ਹੁਣ ਵੇਨੇ ਆ ਯੂਨੀ ਜਾਣਾ ਵਾ ਕਿ ਇਲਾਂਟੇ ਜਾਣਾ ਵਾ। ਗੱਲ ਹੁਣ ਇੱਦਾਂ ਹੀ ਆ, ਜਾਣਦੇ ਹਾਂ ਆਪਾਂ ਪੰਜਾਬ ਯੂਨੀਵਰਸਿਟੀ ਵੱਲ, ਅਤੇ ਗੱਡੀ ਨੂੰ ਰੂਟਸ 'ਤੇ ਹਾਰਨ ਲੱਗੇ ਸੀ, ਅਤੇ ਪੁਲਿਸ ਵਾਲੇ ਨੇ ਲਿਆ ਵੇਖ, ਪਹਿਲਾਂ ਕਹਿੰਦਾ 10,000 ਦਾ ਚਲਾਣ ਆ, ਅਤੇ 10,000 ਦੇ ਚਲਾਣ ਤੋਂ ਗੱਲਾਂ ਕਰਦੇ ਕਰਦੇ ਕਿ ਆਪਾਂ ਬੱਚੇ ਇੱਦਾਂ ਕਰੋ, ਘੱਟ ਕਰੋ ਘੱਟ ਕਰੋ, ਆ 6,000 ਉਹਦੀ ਜੇਬ 'ਚ ਪੈ ਲੱਗਾ ਜੀ। ਅਤੇ ਚਲੋ ਹੁਣ ਜੋ ਲਿਖਿਆ ਸੀ ਉਹ ਤਾਂ ਉਹਨਾਂ ਨੂੰ ਦੇਣੇ ਪੈਣੇ ਆ, ਬਾਕੀ ਕਰਦੇ ਹਾਂ ਆਪਣੀ ਟ੍ਰਿਪ ਕੰਟੀਨਿਊ। ਹੁਣ ਪੀ ਯੂ ਪਹੁੰਚ ਗਏ ਹਾਂ, ਪਾਰਕਿੰਗ ਲੱਭਣ ਆ, ਅਤੇ ਆ ਪਾਰਕਿੰਗ ਲੱਭ ਕੇ ਹੁਣ ਕੰਟੀਨ ਵਗੈਰਾ ਜਾਂਦੇ ਹਾਂ। ਯਾਰ ਸਾਡਾ ਕਹਿੰਦਾ ਉੱਥੋਂ ਚਾਹ ਬੜੀ ਸਵਾਦ ਮਿਲਦੀ ਹੈ, ਅਤੇ ਇੱਕ ਹਿਸਾਬ ਦਾ ਹਿਸਾਬ ਲਾਇਆ ਜਾਵੇ 6,000 ਦੀ ਚਾਹ ਪਈ ਸਾਨੂੰ। ਚਲੋ ਕਦੀ ਐਗਜ਼ੋਟਿਕ ਚੀਜ਼ਾਂ ਵੀ ਟਰਾਈ ਕਰਨੀਆਂ ਚਾਹੀਦੀਆਂ, ਅਤੇ ਹੁਣ ਜਾਂਦੇ ਹਾਂ। ਫਾਈਨਲੀ ਅੱਧਾ ਘੰਟਾ ਘੁੰਮਣ ਫਿਰਨ ਤੋਂ ਬਾਅਦ ਸਾਨੂੰ ਪਾਰਕਿੰਗ ਮਿਲ ਗਈ ਆ, ਅਤੇ ਹੁਣ ਕਹਿੰਦੇ ਫੋਟੋ ਵਗੈਰਾ ਖਿਚਾਉਣੀਆਂ, ਅਤੇ ਫੋਟੋ ਵਗੈਰਾ ਖਿਚਾਉਂਦੇ ਹਾਂ, ਫਿਰ ਜਾਂਦੇ ਹਾਂ ਵੇਹਨੇ ਮਾਹੌਲ ਚੱਲ ਗਈ ਆ। ਆਹ ਵਾ ਜੀ ਗਰਾਊਂਡ ਟਾਈਪ, ਅਤੇ ਕੰਟੀਨ ਆਹ ਬੜਾ ਫੇਮਸ ਆ ਪੀ ਯੂ ਦਾ, ਆਹ ਕੰਟੀਨ ਆ ਸਾਰੀ ਇੱਧਰ ਨੂੰ ਫਾਸਟ ਫੂਡ ਵਗੈਰਾ, ਅਤੇ ਇੱਥੇ ਇੱਦਾਂ ਹੀ ਬੱਚੇ ਬੈਠੇ ਆ। A few moments later. ਹੁਣ ਆਪਾਂ ਇਲਾਂਟੇ ਮਾਲ ਆ ਗਏ ਹਾਂ, ਅਤੇ ਨਾਲ ਮੇਰੇ ਜਸਤੇਜ ਅਤੇ ਦਮਨ ਆ, ਅਤੇ ਤੁਹਾਨੂੰ ਮੈਂ ਆਉਣ ਦਾ ਰੀਜ਼ਨ ਦੱਸਿਆ ਸੀ ਕਿ ਆਪਾਂ ਇੱਥੇ ਸ਼ੋਪਿੰਗ ਕਰਨ ਆਏ ਹਾਂ, ਕਿ ਦੋਸਤ ਤੁਹਾਡਾ ਬਾਹਰ ਚੱਲਾ ਵਾ, ਅਤੇ ਉਹਦੀ 1-2 ਦਿਨ ਤੱਕ ਫਲਾਈਟ ਆ, ਅਤੇ ਉਹਨੇ ਸ਼ੋਪਿੰਗ ਕਰਨੀ, ਤਾਂ ਆਪਾਂ ਇਸੀ ਬਹਾਨੇ ਟੂਰ ਵੀ ਕੱਢ ਲਿਆ ਚੰਡੀਗੜ੍ਹ ਦਾ, ਅਤੇ ਹੁਣ ਸ਼ੋਪਿੰਗ ਵਗੈਰਾ ਕਰਾਂਗੇ, ਫਿਰ ਟਿਮ ਵੀ ਜਾਣਾ ਵਾ। ਸ਼ੂਜ਼ ਪਸੰਦ ਆਏ ਸੀ, ਉਹ ਨਿਸਟੂਗਾ ਦੇ ਲੈ ਲਏ ਆ ਗਿਫਟ ਮੇਰੇ ਵੱਲੋਂ ਇਹਨੂੰ। ਬੰਦਾ ਆਹ ਚੱਲਾ ਵਾ ਬਾਹਰ, ਸ਼ੋਪਿੰਗ ਸਾਰੀ ਇਹਨੇ ਕੀਤੀ ਹੈ, ਤੁਹਾਡੀ ਭਲੀ ਹੈ, ਮੋਟਾ ਖਰਚਾ ਕੀਤਾ ਅੱਜ ਵੀਰ ਜੀ ਨੇ। ਚਲੋ ਜੀ ਹੁਣ ਟਿਮ ਹਟਣਾ ਆ, ਅਤੇ ਫਰੈਂਚ ਵਨੀਲਾ ਨਾਲ ਕਰੋਜ਼ੋਨ ਟਰਾਈ ਕਰਦੇ ਹਾਂ। ਫੈਮਲੀ ਸਟੋਰ ਸਟੋਰ 'ਤੇ ਆ ਕੇ ਆਹ ਕੰਮ ਕਰਨੇ ਆ। ਗਾਇਜ਼ 5-6 ਘੰਟੇ ਸ਼ੋਪਿੰਗ ਕਰਨ ਤੋਂ ਬਾਅਦ ਸ਼ੋਪਿੰਗ ਫਾਈਨਲੀ ਡਨ ਹੋ ਗਈ ਆ। ਆਹ ਸਾਰਾ ਸਮਾਨ ਆਇਆ ਜੀ, ਅੱਜ ਖਰਚਾ ਮੋਟਾ ਹੀ ਹੋ ਗਿਆ ਅੱਜ ਤਾਂ। ਚਲੋ ਹੁਣ ਚੱਲੀਏ 3B2 ਖਾਈਏ ਪੀਏ। ਗਾਇਜ਼ 3B2 ਗੇੜੀ ਲਾ ਲਈ ਆ, ਅਤੇ ਖਾਣਾ ਪੀਣਾ ਵੀ ਕਰ ਲਿਆ, ਅਤੇ ਹੁਣ ਬਾਕੀ ਫਿਰ ਤੋਂ ਚੱਲਿਆ ਹੋਟਲ, ਥਕਾਨ ਬੜੀ ਹੋ ਗਈ ਆ, ਅਤੇ ਹੁਣ ਹੋਟਲ ਜਾ ਕੇ ਅਗਰ ਮਾੜੀ ਮੋਟੀ ਭੁੱਖ ਲੱਗੀ ਤਾਂ ਜ਼ੋਮੈਟੋ ਸਵਿਗੀ ਕਰ ਲਾਂਗੇ। ਇਸ ਰਾਤ ਨੂੰ ਬਹੁਤ ਥੱਕ ਗਏ ਹਾਂ, ਅਤੇ ਫਿਰ ਸੋਏ ਹਾਂ। ਦੀ ਨੈਕਸਟ ਡੇ ਆਹ ਵਾ ਜਿੱਦਾਂ ਸਾਡਾ ਬ੍ਰੇਕਫਾਸਟ, ਚਾਹ ਪਰੌਂਠੀ ਦਹੀਂ, ਚਲੋ ਖਾਂਦੇ ਹਾਂ ਅਤੇ ਫਿਰ ਘੁੰਮਣ ਫਿਰਨ ਚੱਲੀਏ। ਅੱਜ ਆ ਚੰਡੀਗੜ੍ਹ ਟ੍ਰਿਪ ਦਾ ਡੇ 2,
ਤੇ ਆਪਾਂ ਰਹਿ ਰਹੇ ਹਾਂ ਐਮ ਐਲ ਏ ਹੋਸਟਲ ਇੱਥੇ ਜਾਇਜ਼ ਰੇਟ 'ਤੇ ਵਧੀਆ ਰੂਮਸ ਮਿਲ ਜਾਂਦੇ ਆ ਅਤੇ ਇੱਥੋਂ ਆਪਾਂ ਚੈੱਕਆਊਟ ਕਰ ਰਿਹਾ ਵਾ ਸਮਾਨ ਵਗੈਰਾ ਗੱਡੀ 'ਚ ਰੱਖਤਾ ਵਾ ਅਤੇ ਅੱਜ ਆਪਾਂ ਜਾਣਾ ਵਾ ਸੁੱਖ ਵਿਲਾਸ ਅਤੇ ਕਾਸਾ ਬੈਲਾ ਵਿਸਤਾ 'ਤੇ ਦੋ ਤਿੰਨ ਜਗ੍ਹਾ ਹੋਰ ਨੇ ਅਤੇ ਅੱਜ ਹੀ ਸਾਡਾ ਟ੍ਰਿਪ ਦਾ ਲਾਸਟ ਡੇ ਆ ਕਿਉਂਕਿ ਥੋੜ੍ਹਾ ਜ਼ਰੂਰੀ ਕੰਮ ਪੈ ਗਿਆ ਅਤੇ ਵਾਪਸ ਘਰ ਜਾਣਾ ਪੈਣਾ ਵਾ ਅਤੇ ਚਲੋ ਵਲੋਗ 'ਚ ਬਣੇ ਰਹੋ ਅਜੇ ਆਪਾਂ ਰਾਹ 'ਚ ਰੁਕੇ ਨਾਰੀਅਲ ਪਾਣੀ ਪੀਣ ਲਈ ਮੁੰਡੇ ਫਿਰ ਮੈਂ ਸੀ ਕਹਿੰਦਾ ਨਾਰੀਅਲ ਪਾਣੀ ਪੀਣਾ ਵਾ ਅਤੇ ਮੈਂ ਕਿਹਾ ਚਲੋ ਪੀ ਲੈਂਦੇ ਹਾਂ ਅਤੇ ਹੁਣ ਆਪਾਂ ਚੱਲਦੇ ਹਾਂ ਓਵਰਆਲ ਸੁੱਖ ਵਿਲਾਸ ਅਤੇ 15 ਮਿੰਟ ਲੱਗਣੇ 12 ਕਿਲੋਮੀਟਰ ਹੈਗਾ ਮਤਲਬ ਚੰਡੀਗੜ੍ਹ ਤੋਂ ਵਾਹਵਾ ਬਾਹਰ ਜੀ ਆ ਅਤੇ ਚਲੋ ਤੁਹਾਨੂੰ ਉੱਧਰ ਜਾ ਕੇ ਵਿਖਾਉਂਦੇ ਹਾਂ ਅਰਮਾਨ ਕਹਿੰਦਾ ਸੀ ਵਾਹਵਾ ਵਧੀਆ ਹੈ ਵੀਰ ਜੀ ਵਧੀਆ ਵਾ ਵੇਖੇ ਪਤਾ ਲੱਗੂ ਠੀਕ ਹੈ ਜੀ ਇੱਦਾਂ ਦਾ ਵਾ ਕੁਛ ਓਵਰਆਲ ਸੁੱਖ ਵਿਲਾਸ ਅੰਦਰ ਤੋਂ ਵਾਹਵਾ ਐਗਜ਼ੋਟਿਕ ਜਿਹਾ ਵਾ ਅਤੇ ਆਹ ਮੈਨੂੰ ਵੇਖ ਸਕਦੇ ਹੋ ਰੇਟ ਵੀ ਜੈਨੂਇਨ ਜਿਹਦੇ ਨਹੀਂ ਆ ਅਰਮਾਨ ਕਿੱਦਾਂ ਦਾ ਲੱਗਾ ਤੈਨੂੰ ਨਹੀਂ ਤੇ ਦੱਸਦੇ ਤੈਨੂੰ ਕੀ ਦਾ ਬਿਲਡਿੰਗ ਟਾਈਪ ਸਟਰਕਚਰ ਕਿੱਦਾਂ ਦਾ ਲੱਗਾ ਸਿਰਾ ਨਾ ਰੋਇਲ ਜਿਹਾ ਦਮਨ ਜੀ ਤੁਸੀਂ ਦੱਸੋ ਕਿੱਦਾਂ ਦਾ ਲੱਗਾ ਤੁਹਾਨੂੰ ਪੀਜ਼ਾ ਆ ਗਿਆ ਵਾ ਅਤੇ ਡਰਿੰਕਸ ਵਗੈਰਾ ਕੀਤੀਆਂ ਔਡਰ ਉਹ ਆਉਂਦੀਆਂ ਵਾ ਅਤੇ ਖਾ ਪੀ ਕੇ ਥੋੜ੍ਹੀਆਂ ਫੋਟੋਜ਼ ਵਗੈਰਾ ਖਿੱਚ ਕੇ ਅਤੇ ਹੁਣ ਆਪਾਂ ਚੱਲੀਏ ਓਏ ਹੁਣ ਅਰਮਾਨ ਆਪਾਂ ਹੁਣ ਕਿੱਥੇ ਜਾਣਾ ਵਾ ਇਹ ਤੋਂ ਬਾਅਦ ਕਾਸਾ ਬੈਲਾ ਵਿਸਤਾ ਜਾਣਾ ਚਲੋ ਖਾਣਾ ਪੀਣਾ ਕਰ ਲਿਆ ਵਾ ਅਤੇ ਹੁਣ ਆਪਾਂ ਆਏ ਹਾਂ ਇੱਧਰ ਵਾਹਵਾ ਵਧੀਆ ਲੋਕੇਸ਼ਨ ਆ ਪਿਕਸ ਵਗੈਰਾ ਕਰਾਵਾਂਗੇ ਇੱਧਰ ਗੱਲਬਾਤ ਤਾਂ ਹੈ ਦੱਸਿਆ ਕਿ ਨਹੀਂ ਸਾਡੀਆਂ ਦੋ ਕੁ ਫੋਟੋ ਆਉਣੀਆਂ ਇਹਨਾਂ ਨੇ ਸਾਰੀਆਂ ਖਿੱਚ ਲੈਣੀਆਂ ਸ਼ੁਰੂ ਤਾਂ ਇਹਨਾਂ ਦਾ ਆਹੀ ਆ ਕੰਮ ਆਉਣਾ ਵੀਰ ਨੂੰ ਫੋਟੋਆਂ ਥੋੜ੍ਹਾ ਜ਼ਿਆਦਾ ਹੀ ਚਾਹ ਵਾ ਜਿਸ ਦੱਸ ਜਿਗੇ ਆ ਉੱਥੇ ਰਿਸੈਪਸ਼ਨ ਉੱਤੇ ਖਲੋਤਾ ਸੀਗਾ ਬੰਦਾ ਅਤੇ ਕਹਿੰਦੇ ਐਗਜ਼ਿਟ ਉੱਧਰ ਹੈ ਅਤੇ ਆਹ ਵੀਰ ਨੇ ਇਸ਼ਾਰਾ ਕਰਕੇ ਕਿਹਾ ਫੋਟੋ ਆਹ ਵੀਰ ਨੂੰ ਨਾ ਸਿੱਧਾ ਟੂ ਦਾ ਪੁਆਇੰਟ ਗੱਲ ਕਰਦਾ ਫੋਟੋ ਕੋਈ ਨਹੀਂ ਫੋਟੋ ਖਿਚਾਉਣੀ ਆ ਵੀਰ ਜੀ ਕੁਛ ਨਹੀਂ ਬਸ ਫੋਟੋ ਪਾਣੀ ਨੇ ਫਿਰ ਕੋਈ ਪੋਸਟ ਨਹੀਂ ਜੇ ਗਾਇਜ਼ ਅੱਜ ਆਪਾਂ ਆ ਕਾਸਾ ਬੈਲਾ ਵਿਸਤਾ ਅਤੇ ਇੱਥੇ ਔਡਰ ਵਗੈਰਾ ਕੀਤਾ ਵਾ ਇੱਥੇ ਅਰਮਾਨ ਕੋਲ ਪਾਰਟੀ ਕਰਦੇ ਹਾਂ ਉਹ ਤਾਂ ਜੇ ਗਏ ਗੱਡੀ 'ਚ ਸਮਾਨ ਲੈਣ ਅਤੇ ਬਾਕੀ ਚਲੋ ਖਾਣਾ ਪੀਣਾ ਇੰਜੋਏ ਕਰਦੇ ਹਾਂ ਗਾਇਜ਼ ਖਾਣਾ ਪੀਣਾ ਕਰ ਲਿਆ ਕਾਸਾ ਬੈਲਾ ਵਿਸਤਾ ਤੋਂ ਕਿੱਦਾਂ ਦਾ ਲੱਗਾ ਖਾਣਾ ਤੈਨੂੰ ਕਾਹਦੀ ਕੁਝ ਰਸਤੇ 'ਚ ਸਵਾਦੀ ਜਸ ਤੇਜ਼ ਦੀ ਫਰਮਾਇਸ਼ 'ਤੇ ਕਹਿੰਦਾ ਰੋਲਸ ਖਾਣੇ ਆ ਫਿਰ ਬਿਸਕੁਟ ਰੋਲ ਖਾ ਲੱਗੇ ਹਾਂ ਅਤੇ ਬਸ ਟਾਈਮ ਕਿੰਨਾ ਆ ਜਸਤੇਜ਼ 4 ਵੱਜ ਗਏ ਬਸ 15-20 ਮਿੰਟ 'ਚ ਆਪਾਂ ਤੁਰਨ ਲੱਗੇ ਹਾਂ ਇੱਥੋਂ ਤੈਨੂੰ ਚੱਲੀਏ ਵਾਪਸੀ ਅੰਮ੍ਰਿਤਸਰ ਗਾਇਜ਼ 2-3 ਘੰਟੇ ਹੋ ਗਏ ਡਰਾਈਵ ਕਰਦੇ ਹੋਏ ਅਤੇ ਹੁਣ ਸਾਰਿਆਂ ਨੂੰ ਭੁੱਖ ਵੀ ਗੁਲਾਬੀ ਆ ਅਤੇ ਹੁਣ ਵਿਹਨੇ ਹਾਂ ਅੱਗੇ ਸਟਾਰਬਕਸ ਆਉਂਦਾ ਅਤੇ ਉੱਥੇ ਹੀ ਰੁਕਦੇ ਹਾਂ ਅਤੇ ਟਾਈਮ ਹੋ ਗਿਆ 6:30 ਕਿੰਨਾ ਟਾਈਮ ਹੋ ਗਿਆ ਤੁਹਾਨੂੰ ਤੁਰੇ ਨੂੰ 4 ਘੰਟੇ ਹੋ ਗਏ ਸ਼ਾਇਦ ਆਹੋ ਅਤੇ ਬਸ ਫਿਰ ਹੁਣ ਅਰਮਾਨ ਨੂੰ ਛੱਡਣਾ ਤਰਨ ਤਾਰਨ ਫਿਰ ਅਰਮਾਨ ਦੇ ਘਰੋਂ ਰੋਟੀ ਵਗੈਰਾ ਖਾਂਦੇ ਆ ਅਤੇ ਉਹ ਤੋਂ ਪਹਿਲਾਂ ਸਟਾਰਬਕਸ ਰੁਕੀਏ ਕੌਫੀ ਵਗੈਰਾ ਪੀ ਲਈਏ ਅਤੇ ਚਲੋ ਕਰਦੇ ਹਾਂ ਕੰਟੀਨਿਊ ਨਾ ਵਾਕੇ ਨਾਲੇ ਅੱਜ ਦਾ ਦਿਨ ਜ਼ਿਆਦਾਤਰ ਟਰੈਵਲਿੰਗ 'ਚ ਨਿਕਲ ਗਿਆ ਦੋ ਕੁ ਜਗ੍ਹਾ ਘੁੰਮ ਪਾਏ ਕਿਉਂਕਿ ਕੰਮ ਜ਼ਰੂਰੀ ਪੈ ਗਿਆ ਉਹ ਇੱਕ ਕਿੰਨਾ ਵਧੀਆ ਕਿਊਟ ਜਿਹਾ ਕੁੱਤਾ ਪਿੱਛੇ ਬੈਠਾ ਡਿੱਕੀ 'ਚ ਹੈਨਾ ਕਿਹੜੀ ਬਰੀਡ ਆ ਪਤਾ ਕਿ ਇਹਨੂੰ ਲੈਬਰਾ ਵਾ ਸੋਹਣਾ ਯਾਰ ਹੋਰ ਘੰਟੇ ਬਾਅਦ ਆਪਾਂ ਰੁਕੇ ਹਾਂ ਅਤੇ ਸਟਾਰਬਕਸ ਖਾਣ ਲਈ ਆਹ ਮੇਰਾ ਦਮਨ ਦਾ ਅਤੇ ਉਹ ਵੈੱਜ ਆਹ ਦੋਵੇਂ ਵੈੱਜ ਆ ਤੁਹਾਨੂੰ ਖਾਣੇ ਪੀਣੇ ਆ ਤੇ ਅਰਮਾਨ ਨੂੰ ਉਤਾਰੀਏ ਘਰੇ ਟਾਈਮ ਵੀ 7:30 ਹੋ ਗਏ ਆ ਘਰ ਜਾਂਦੇ ਜਾਂਦੇ 11-12 ਵੱਜ ਜਾਣੇ ਆ ਚਲੋ ਛਕੀਏ ਆਪਾਂ ਆ ਗਿਆ ਅਰਮਾਨ ਦੇ ਮਾਸੀ ਘਰ ਅਤੇ ਟਾਈਮ ਹੋ ਗਿਆ ਵਾ 9:11 ਅਤੇ ਅੱਜ ਦੀ ਵੀਡੀਓ 'ਚ ਬਸ ਇੰਨਾ ਹੀ ਹੋਪ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਦਮਨ ਕੀ ਕਰਨਾ ਵੀ ਅਤੇ ਅਰਮਾਨ ਚੈਨਲ ਨੂੰ ਕੀ ਕਰਨਾ ਸਬਸਕ੍ਰਾਈਬ ਦਮਨ 45 ਬੋਰ 'ਤੇ ਵਿਖਾ ਤੁਹਾਡੀ ਭੋਲੀ ਹੋ ਜੇ